ਕੋਰੋਨਾ ਵਾਇਰਸ ਦਾ ਟੀਕਾ ਉਮੀਦ ਤੋਂ ਬਹੁਤ ਜਲਦੀ ਆ ਜਾਵੇਗਾ। ਅਮਰੀਕਾ ਸਥਿਤ ਫਾਰਮਾਸਿਊਟੀਕਲ ਕੰਪਨੀ ਮਾਡਰਨਾ ਕੋਵਿਡ-19 ਦੇ ਟੀਕੇ ਦੀ ਟੈਸਟਿੰਗ 'ਤੇ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਟੀਕੇ ਨੂੰ ਜਲਦੀ ਹੀ ਇਸ ਸਾਲ ਪਤਝੜ ਦੇ ਮੌਸਮ ਤੱਕ ਸੀਮਿਤ ਮਾਤਰਾ ਵਿੱਚ ਬਣਾਉਣ ਵਿੱਚ ਸਫਲ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਅਮਰੀਕੀ ਸਿਕਿਉਰਿਟੀਜ਼ ਐਂਡ ਐਕਸਚੇਂਜ ਨੂੰ ਇਸ ਸੰਬੰਧ ਵਿੱਚ ਡਿਸਕਲੋਜ਼ਰ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿੱਚ ਮਾਡਰਨਾ ਦੇ CEO ਸਟੀਫਨ ਵੈਂਸੇਲੇ ਉਸ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ ਜੋ ਉਹਨਾਂ ਨੇ ਗੋਲਡਮੈਨ ਦੇ ਪ੍ਰਤੀਨਿਧੀ ਨੂੰ ਦਿੱਤਾ ਹੈ। ਇਸ ਬਿਆਨ ਵਿੱਚ ਬੈਂਸੇਲ ਨੇ ਕਿਹਾ ਹੈ ਕਿ ਕਮਰਸ਼ੀਅਲ ਤੌਰ 'ਤੇ ਮੁਹੱਈਆ ਹੋਣ ਵਾਲਾ ਟੀਕਾ ਅਜੇ 12-18 ਮਹੀਨੇ ਮੁਹੱਈਆ ਨਹੀਂ ਹੋ ਸਕੇਗਾ, ਪਰ ਐਮਰਜੈਂਸੀ ਵਰਤੋਂ ਲਈ ਇਹ ਟੀਕਾ ਕੁਝ ਲੋਕਾਂ ਦੀ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਵਿੱਚ ਹੈਲਥ ਕੇਅਰ ਵਿੱਚ ਲੱਗੇ ਲੋਕ ਸ਼ਾਮਲ ਹੋ ਸਕਦੇ ਨੇ ਅਤੇ ਇਹ 2020 ਦੇ ਪਤਝੜ ਦੇ ਮੌਸਮ ਤੱਕ ਮੁਮਕਿਨ ਹੋ ਜਾਵੇਗਾ। ਬਿਊਰੋ ਰਿਪੋਰਟ, ਆਵਾਜ਼ ਕੌਮ TV।